ਯਾਨੀ ਕਿ ਸਾਡਾ ਵਜ਼ੀਰ ਸਾਡਾ ਭਰਾ ਜ਼ਹਿਰ ਮਜ਼ਈ ਸਾਹਿਬ ਕਹਿੰਦੇ ਨੇ ਜੀ ਕੋਈ ਐਸਾ ਸੀਜ਼ਨ ਨਹੀਂ ਕਿ ਸਾਡੇ ਨਾਲ ਰੋਜ਼ ਜੁੜਦੇ ਲੱਗੇ ਹੋ, ਭਾਵੇਂ ਮਹੀਨਾ ਪੂਰਾ ਲੱਗੇ ਹੋ। ਬੜੀ ਗੱਲ, ਹਾਰ ਜਿੱਤ ਤੋਂ ਬਾਅਦ ਹੀ ਬਣੀ ਹੈ ਜਨੂਨੀ ਖਿਡਾਰੀ, ਤੇ ਜਨੂਨੀ ਖਿਡਾਰੀ ਸਾਡਾ ਭਰਾ ਵੇ ਜੀ। ਇਹ ਤਾਂ ਭਾਵੇਂ ਇੱਕ ਵੀ ਹੋਵੇ ਤਾਂ ਕਹੇਗਾ ਜੀ ਭਾਈ ਮੇਰਾ ਜਿਹੜਾ ਮਰਜ਼ੀ ਉਸਤਾਦ ਨਾਲ ਬਾਜ਼ੀ ਉਡਾ ਲਓ। ਬੜੀ ਗੱਲ ਜੀ, ਤੇ ਇਨਸ਼ਾ ਅੱਲਾਹ ਅਸੀਂ ਹੁਣ ਸਾਡਾ ਸ਼ਾਗਿਰਦ ਸੀ ਉਹਨੂੰ ਉਸਤਾਦ ਕਰਨਾ ਸੀ ਜੀ, ਇਨਸ਼ਾ ਅੱਲਾਹ ਤਾਲਾ ਬਾਦ ਸਾਹਿਬ ਨੇ ਆਪਣੇ ਜੀ ਇਹਨਾਂ ਨੂੰ ਅਸੀਂ ਉਸਤਾਦ ਕਰਾਂਗੇ ਇੱਥੇ ਜੀ, ਇਨਸ਼ਾ ਅੱਲਾਹ ਤੁਹਾਨੂੰ ਵੀ ਬੁਲਾਵਾਂਗੇ। ਜ਼ਰੂਰ ਜ਼ਰੂਰ, ਕਿਉਂ ਨਹੀਂ, ਇਹ ਸਾਡੇ ਘਰ ਦਾ ਕੰਮ ਹੈ ਇਨਸ਼ਾ ਅੱਲਾਹ ਤਾਲਾ। ਬਿਲਕੁਲ ਬਿਲਕੁਲ, ਅੱਛੀ ਕਾਰਗਰਦੀ ਇਨਸ਼ਾ ਅੱਲਾਹ ਹੋਏਗੀ ਸਾਡੀ ਅੱਲਾਹ। ਠੀਕ, ਜ਼ਰੂਰ ਜੀ ਜ਼ਰੂਰ। ਲਓ ਜੀ ਦੋਸਤੋ, ਥਾ ਜਿਸ ਕਾ ਇੰਤਜ਼ਾਰ ਵੋ ਸ਼ਾਹਕਾਰ ਆ ਗਿਆ, ਉਸਤਾਦ ਮਿੱਠੂ ਸਾਹਿਬ ਤੁਹਾਡੇ ਸਾਹਮਣੇ ਨੇ ਮਾਸ਼ਾ ਅੱਲਾਹ। ਉਸਤਾਦ ਜੀ ਕੀ ਹਾਲ ਹੈ, ਠੀਕ ਹੋ? ਮਾਸ਼ਾ ਅੱਲਾਹ ਬੜਾ ਨਾਮ ਕਮਾਇਆ ਉਸਤਾਦ ਜੀ ਤੁਸੀਂ, ਔਰ ਕਬੂਤਰਬਾਜ਼ੀ 'ਚ ਅੱਲਾਹ ਤਾਲਾ ਨੇ ਤੁਹਾਨੂੰ ਕੁਵੈਤ ਵਰਗੀ ਅੱਗ ਪੈਂਦੀ, ਔਰ ਹਾਰਡਵੇਵ ਚੱਲਣ ਵਾਲੇ ਸਖ਼ਤਰੀਨ ਮੌਸਮ ਦੇ ਵਿੱਚ ਤੁਸੀਂ ਚੈਂਪੀਅਨ ਬਣੇ ਹੋ। ਅਤੇ ਸਰ ਥੋੜ੍ਹਾ ਜਿਹਾ ਆਪਣਾ ਤਾਰਫ ਕਰਾਓ ਕਿ ਕਿਸ ਤਰ੍ਹਾਂ ਕਬੂਤਰਾਂ ਦਾ ਸ਼ੌਕ ਪਿਆ ਤੁਹਾਨੂੰ? ਮੈਂ ਪਹਿਲੇ ਇੱਥੇ ਮੇਰੇ ਵਾਲਣ ਨੂੰ ਸ਼ੌਕ ਸੀ। ਅੱਛਾ ਜੀ, ਤਾਏ ਨੂੰ ਸ਼ੌਕ ਸੀ। ਅੱਛਾ ਜੀ, ਔਰ ਇੱਥੇ ਸਾਡੇ ਕੋਲ ਸਾਡੇ ਖਾਨ ਸਾਹਿਬ ਹੁੰਦੇ ਜੈਡੀ ਖਾਨ ਸਾਹਿਬ, ਉੱਥੇ ਤੁਸੀਂ ਸ਼ੌਕ ਸ਼ੁਰੂ ਕੀਤਾ। ਅੱਛਾ, ਅਤੇ ਉਸ ਸ਼ੌਕ ਤੋਂ ਬਾਅਦ ਇੱਥੇ ਬਾਜ਼ੀਆਂ ਉੱਠੀਆਂ ਮੁੱਲਾਂ ਤਾਰਾਂ ਨਾਲ। ਅੱਛਾ, ਅੱਲਾਹ ਪਾਕ ਨੇ ਉੱਥੇ ਮੈਨੂੰ ਇੱਜ਼ਤ ਦਿੱਤੀ ਬੜੀ ਕਿ ਮੈਂ ਕੋਈ ਬਾਜ਼ੀ ਨਹੀਂ ਉਹਨਾਂ ਕੋਲ ਕਰਿਆ, ਫਿਰ ਉਸਤਾਦ ਤਾਰੇ ਨਾਲ ਵੀ ਉੱਡੀਆਂ, ਉਹਨਾਂ ਨੂੰ ਵੀ ਮੈਂ ਜਿੱਤਿਆ। ਅੱਛਾ ਜੀ, ਫਿਰ ਉਸ ਤੋਂ ਬਾਅਦ ਖਲਾਕਾਂ ਗੁੱਡੂ ਨੇ ਕਾਫੂ ਉਡਾਇਆ, ਉਸ ਵੀ ਮੇਰਾ ਪਹਿਲਾ ਨਾਮ ਆਇਆ, ਖਬਰੇ ਅਖਬਾਰ 'ਚ ਵੀ ਮੇਰਾ ਦੂਸਰਾ ਨਾਮ ਆਇਆ। ਬੱਲੇ ਬੱਲੇ, ਇੱਕ ਮਿੰਟ ਤੋਂ ਮੈਂ ਉਹ 'ਚ ਪਹਿਲੇ ਤੋਂ ਰਿਹਾ ਸੀ, ਮੈਂ ਇਹਨਾਂ ਉਡਾਈ ਪੂਰੇ ਲਾਹੌਰ ਦਾ, ਉਸ 'ਚ ਮੇਰਾ ਦੂਸਰਾ ਆਇਆ। ਮਾਸ਼ਾ ਅੱਲਾਹ, ਅਤੇ ਯਕੂਬ ਸਾਈਂ ਦੇ ਨਾਂ ਦਾ ਕਾਫੂ ਉੱਡਿਆ ਵੀ ਮੈਂ ਪਹਿਲਾ ਨਾਮ ਚੁੱਕਿਆ। ਵਾਹ ਜੀ ਵਾਹ, ਯਾਨੀ ਕਿ ਕਾਫੀ ਇੱਥੇ ਅੱਲਾਹ ਤਾਲਾ ਨੇ ਬੜੀ ਜਿਹਦੇ ਸਾਰੇ ਸਾਧਨਾਂ ਮੇਰਾ ਸ਼ੌਂਕ ਹੋਇਆ ਤਕਰੀਬਨ ਜਿੰਨੇ ਪੁਰਾਣੇ ਸਨ। ਉਸ ਤੋਂ ਬਾਅਦ ਫਿਰ ਨਹੀਂ ਮੇਰਾ ਦੋਸਤ ਬਣਿਆ ਇੱਥੇ, ਅਤੇ ਫਿਰ ਮੈਨੂੰ ਕੁਵੈਤ ਲੈ ਗਿਆ। ਅੱਛਾ ਜੀ, ਕੁਵੈਤ ਜਾਣ ਤੋਂ ਬਾਅਦ ਵੀ ਅੱਲਾਹ ਪਾਕ ਨੇ ਮੈਨੂੰ ਉੱਥੇ ਬਹੁਤ ਇੱਜ਼ਤ ਦਿੱਤੀ। ਤੁਸੀਂ ਨਈਮ ਸਾਹਿਬ ਦੀ ਛੱਤ 'ਤੇ ਸ਼ੌਕ ਕੀਤਾ? ਜੀ, ਮੈਂ ਨਈਮ ਸਾਹਿਬ ਦੀ ਛੱਤ 'ਤੇ ਸ਼ੇਖ 'ਤੇ ਸ਼ੌਕ ਕੀਤਾ। ਅਤੇ ਕਿੰਨੇ ਸਾਲ ਸ਼ੌਕ ਕੀਤਾ ਉੱਥੇ? ਮੈਂ ਤਕਰੀਬਨ ਫਿਰ 18-20 ਸਾਲ ਹੋ ਗਏ। 18-20 ਸਾਲ ਤੋਂ ਨਈਮ ਸਾਹਿਬ ਦੀ ਛੱਤ 'ਤੇ ਸ਼ੌਕ? ਹਾਂਜੀ, ਉੱਥੇ ਸੀ। ਹੁਣ ਮੈਂ ਇਸ ਟਾਈਮ ਸ਼ਬੀਰ ਜੱਟ ਹੈਗਾ ਮੇਰਾ ਸ਼ਗਿਰਦ ਜੀ, ਮੈਂ ਉਹਦੀ ਛੱਤ 'ਤੇ ਗਾ। ਤੁਸੀਂ ਉਹਦੀ ਛੱਤ? ਹਾਂਜੀ। ਅਤੇ ਕੋਈ ਉੱਥੇ ਦੀ ਕੋਈ ਐਸੀ ਰਿਕਾਰਡ ਪਰਫਾਰਮੈਂਸ ਹੋਵੇ ਕੁਵੈਤ ਦੀ ਜਿਹੜੀ ਤੁਹਾਨੂੰ ਭੁੱਲਦੀ ਨਾ ਹੋਵੇ? 6 ਵਜੇ 'ਤੇ 2 ਮਿੰਟ 'ਤੇ ਕਬੂਤਰ ਬੈਠਾ, 6ਵੇਂ ਮਹੀਨੇ ਸੀ, ਅਤੇ 6ਵੇਂ ਮਹੀਨੇ 'ਚ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜੂਨ ਦੇ, ਅਤੇ ਆਂਡਾ ਵੀ ਥੱਲੇ ਸੁੱਟੋ ਤਾਂ ਪਿੰਡ 'ਚ ਪੱਕੇ ਨਾ। ਬਹੁਤ ਅੱਛਾ, ਅਤੇ ਉਹਦੇ 'ਚ ਮੇਰੇ 3 ਕਬੂਤਰ ਬੈਠੇ ਸੀ, ਇੱਕ 4 ਬਾਹੀਆਂ 'ਤੇ, ਇੱਕ 5 ਵਜੇ ਕੁਛ ਮਿੰਟਾਂ 'ਤੇ, ਇੱਕ 6 ਵਜੇ 2 ਮਿੰਟ 'ਤੇ। ਅੱਛਾ, ਮਾਸ਼ਾ ਅੱਲਾਹ, ਮਾਸ਼ਾ ਅੱਲਾਹ। ਸਰ ਜੀ, ਕਹਿੰਦੇ ਕੁਵੈਤ ਦੇ ਵਿੱਚ ਤਾਂ ਬੜੀ ਹਾਰਡਵੇਵ ਚੱਲਦੀ, ਬੜੀ ਗਰਮੀ, ਉੱਥੇ ਕਿਹੜੇ ਕਬੂਤਰ ਕਾਮਯਾਬ? ਉੱਥੇ ਇਹ ਕਬੂਤਰ ਕਾਮਯਾਬ ਹੈ, ਟੈਡੀ ਜੀ, ਮਾਮਦੀਨ ਅਤੇ ਕਸੂਰੀ ਹੈ, ਜਿਹੜੇ ਕੁਝ ਅੱਛੀ ਨਸਲ ਦੇ, ਪਰ 3 ਨਸਲਾਂ ਇਹੀ ਉੱਥੇ ਆ ਰਹੀਆਂ ਜਿੱਧਰੋਂ ਵੀ ਆ ਰਹੀ। ਅੱਛਾ ਜੀ, ਹਾਂਜੀ, ਬਿਲਕੁਲ ਸਹੀ, ਬਿਲਕੁਲ ਸਹੀ। ਇਹ ਹੁਣ ਉਸਤਾਦ ਜੀ ਮੌਸਮ ਬਦਲਦਾ ਪਿਆ, ਸਖਤ ਸਰਦੀ ਆ ਰਹੀ ਹੈ, ਔਰ ਕੁਛ ਲੋਕ ਐਸੇ ਨੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ, 90 ਦੇ ਕਰੀਬ ਬੰਦੇ ਜਿਹੜੇ ਤੁਹਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਕੋਈ ਐਸੀ ਕੋਈ ਟਿਪ ਦਿਓ ਜਿਹਦੇ ਨਾਲ, ਕੋਈ ਐਸਾ ਪਾਣੀ ਜਾਂ ਐਸਾ ਕੋਈ 4-5-6 ਚੀਜ਼ਾਂ ਦਾ ਜਿਹਦੇ ਨਾਲ ਸਰਦੀ ਜਿਹੜੀ ਹੈ ਨਾ ਬਰੀਡਰ ਕਬੂਤਰਾਂ ਨੂੰ ਜਾਂ ਪ੍ਰਵਾਸੀ ਕਬੂਤਰਾਂ ਨੂੰ ਤੰਗ ਨਾ ਕਰੇ। ਇੱਕ ਤੇ ਕਬੂਤਰਾ ਜ਼ਮਨੀ ਕਰਦੇ ਦਾਣਾ ਜੀ, ਕਾਫੀ ਲੋਕਾਂ ਦਾ ਵੀ ਹੁੰਦਾ ਕਿ ਦਾਣਾ ਜ਼ਮਨੀ ਹੁੰਦਾ ਜੀ, ਉਹਨਾਂ ਨੂੰ ਤੁਸੀਂ ਸੇਬ ਦਾ ਸਿਲਕਾ ਲਵੋ ਜੀ, ਉਹ 1 ਚਮਚ 2 ਲੀਟਰ 'ਚ ਪਾ ਦਿਓ, ਢੱਕਣੀ ਉਹਦਾ, ਠੀਕ ਹੈ, ਅਤੇ ਮਿੱਠਾ ਸੋਡਾ ਲੈ ਕੇ ਛੋਟੀ ਚਮਚੀ ਲੈ ਕੇ ਨਾ ਨਿੱਕੀ ਜੀ, ਅਤੇ 1 ਛੋਟੀ ਚਮਚੀ ਉਹ 'ਚ ਪਾ ਦਿਓ, ਠੀਕ ਹੈ, ਠੀਕ ਹੈ। ਇਹ ਉਹਨਾਂ ਨੂੰ ਸਮਝੋ ਮਹੀਨੇ 'ਚ ਕੋਈ 2-3 ਦਫ਼ਾ ਲਾਜ਼ਮੀ ਪਿਆਓ। ਅੱਛਾ ਜੀ, ਅਤੇ ਉਹਦੇ ਨਾਲ ਉਹਨਾਂ ਦੇ ਮੇਦੇ ਵੀ ਚੱਲਦੇ ਰਹਿਣਗੇ ਔਰ ਬਿਹਤਰ ਰਹਿਣਗੇ, ਉਹ ਠੀਕ ਹੈ। ਔਰ ਕੋਈ ਤਾਕਤ ਦੀ ਗਰਮ ਐਸਾ ਕੋਈ ਪਾਣੀ ਦੱਸੋ? ਕੋਈ ਉਹਨਾਂ ਨੂੰ ਕੋਈ ਸੁੰਡ ਪਾ ਲਓ, ਮੱਗ ਪਾ ਲਓ ਜੀ, ਪੂਰਾ ਚਨੀ ਜਵੈਨ ਪਾ ਲਓ, ਲੌਂਗ ਪਾ ਲਓ ਜੀ, ਕਾਲੀਆਂ ਮਿਰਚਾਂ ਜੀ, ਅਤੇ ਮੱਗ ਯਾਨੀ ਕਿ ਇਹ ਚੀਜ਼ਾਂ 6-7 ਪਾ ਕੇ ਥੋੜ੍ਹੀਆਂ ਥੋੜ੍ਹੀਆਂ ਜੀ, ਅਤੇ ਇਹਨੂੰ ਪਾਣੀ ਪਾ ਕੇ ਹਫ਼ਤੇ 'ਚ 2 ਪੂਰੀ ਲਾਜ਼ਮੀ, ਕਿ ਕੱਪ ਸਾਰੇ ਬਿਲਕੁਲ ਸਹੀ ਗਰਮ ਵੀ ਰਹਿਣਗੇ ਔਰ ਅੱਛੇ ਰਹਿਣਗੇ, ਬਿਲਕੁਲ 2-3 ਪਤੀਆਂ ਦੇ ਪੱਤੇ ਵੀ ਪਾ ਲਓ, ਬਿਲਕੁਲ ਸਹੀ, ਬਿਲਕੁਲ ਸਹੀ। ਅੱਛਾ ਜੀ, ਸਾਰਾ ਕੁਝ ਅੱਛਾ। ਸਾਹ ਜੀ, ਇੱਕ ਜਿੰਨੀ ਵਾਰੀ ਤੁਸੀਂ ਚੈਂਪੀਅਨ ਰਹੇ ਹੋ, 19 ਸਾਲ ਤਾਂ ਬੰਦੇ ਟੋਟਲ ਬਾਜ਼ੀ ਨਹੀਂ ਕਰਦੇ, 19 ਸਾਲ ਅੱਲਾਹ ਨੇ ਤੁਹਾਨੂੰ ਚੈਂਪੀਅਨ ਬਣਾ ਦਿੱਤਾ, ਅਤੇ ਲਾਹੌਰ ਦੇ ਵਿੱਚ ਵੀ ਤੁਹਾਡੀ ਪਰਫਾਰਮੈਂਸ ਹੈ ਉੱਥੇ ਵੀ, ਅਤੇ ਤੁਸੀਂ ਕੀ ਸਮਝਦੇ ਹੋ ਉਸਤਾਦ ਜੀ, ਜਿਹੜੇ ਕਬੂਤਰ ਉੱਡ ਕੇ ਆਉਂਦਾ ਹੈ, ਕੋਈ ਕਬੂਤਰ ਉੱਡ ਕੇ ਆਇਆ, ਤੁਸੀਂ ਉਹਨੂੰ ਸੰਭਾਲਿਆ, ਪਾਣੀ ਛਾਣੀ ਉਹਨੂੰ ਦੇਤਾ, ਉਹ ਆਪਣਾ ਵੇਟ ਪੂਰਾ ਨਹੀਂ ਕਰਦਾ, ਉਹਦੇ ਲਈ ਕੀ ਕਰਨਾ ਚਾਹੀਦਾ ਜਿਹੜਾ ਕਬੂਤਰ ਉੱਡ ਕੇ ਆਪਣਾ ਵੇਟ ਹੀ ਨਾ ਪੂਰਾ ਕਰੇ? ਅਸਲ 'ਚ ਨਾ ਆਉਂਦੇ ਕਬੂਤਰ ਨੂੰ ਜਿਹੜਾ ਤੁਸੀਂ ਉਹਨੂੰ ਪਾਣੀ ਦੇ ਹਿਸਾਬ ਦਾ ਦੇਣਾ, ਜਿਹੜਾ ਉਹ ਆਪਣਾ ਪਾਣੀ ਚੁੱਕ ਲਵੇ। ਅੱਛਾ, ਦਵਾ ਕੇ ਦਲਾ, ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਕੋਲ ਉੱਥੇ ਵਿਟਾਮਿਨ ਬੜੇ ਅੱਛੇ ਮਿਲਦੇ ਨੇ। ਅੱਛਾ ਜੀ, ਅਸੀਂ ਉਹ ਵੀ ਥੋੜ੍ਹਾ ਪਾਣੀ 'ਚ ਪਾ ਕੇ ਦਿੰਦੇ ਹਾਂ, ਜਲਦੀ ਜਿਸਮ ਨੂੰ ਚੁੱਕ ਜਾਂਦੇ ਨੇ। ਕਿਹੜਾ ਵਿਟਾਮਿਨ ਕੋਈ ਦੇਣਾ? ਅਸੀਂ ਉਹ ਵਿਟਾਮਿਨ ਹੈਗਾ ਇੱਕ, ਉੱਥੇ ਮੈਨੂੰ ਇਸ ਟਾਈਮ ਉਹਦਾ ਨਾਂ ਜੀ ਯਾਦ ਆ ਰਿਹਾ, ਮੈਂ ਫਿਰ ਦੁਬਾਰਾ ਤੁਹਾਨੂੰ ਦੱਸ ਦਿਆਂਗਾ। ਅੱਛਾ ਜੀ, ਠੀਕ ਹੈ ਜੀ, ਬੜਾ ਅੱਛਾ ਵਿਟਾਮਿਨ, ਵਿਟਾਮਿਨ ਕੀ ਉਹਨੂੰ ਕਹਿੰਦੇ, ਐਨਰਜੀ ਪਲੱਸ ਵਿਟਾਮਿਨ, ਐਨਰਜੀ ਪਲੱਸ ਹੀ ਗਾ। ਹਾਂਜੀ, ਉਹ ਜਲਦੀ ਕਬੂਤਰ ਨੂੰ ਜਾਣਾ ਭਾਲ ਕਰਦਾ ਜੀ, ਫਿਰ ਅਸੀਂ ਸੈਂਟ
ਮੈਂ ਆਉਂਦੇ ਨੂੰ ਪਾਣੀ ਜੋ ਖਿੱਚ ਲੈਂਦਾ ਫਿਰ ਉਹਨੂੰ ਦਾਣਾ ਦਿੰਦਾ ਦਾਣਾ ਦਿੰਦੇ ਦਾਣਾ ਖਿੱਚ ਲਵੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਤਕਰੀਬਨ ਜਿਹੜਾ ਛੋਲੇ ਦੇਣਾ ਹੁੰਦਾ ਥੋੜ੍ਹੇ ਪੀ ਕੇ ਕਿ ਥੋੜ੍ਹੀ ਤਾਕਤ 'ਚ ਰਹੇ ਅੱਛਾ ਹੋਰ ਹਜ਼ਮ ਵੀ ਘੱਟ ਜਾਂਦਾ ਉਹ ਸੈੱਟ ਰਹਿੰਦਾ ਸੁਬਹਾ ਫਿਰ ਮੈਨੂੰ ਖੁਰਾਕ ਸ਼ੁਰੂ ਕਰਨੀ ਅਤੇ ਇਹ ਮੌਸਮ ਸਖਤ ਦੇ ਵਿੱਚ ਚਨੇ ਪ੍ਰੋਬਲਮ ਤਾਂ ਨਹੀਂ ਕਰਦੇ ਕੋਈ ਪ੍ਰੋਬਲਮ ਨਹੀਂ ਕਰਦੇ ਭਿੱਜੇ ਚਨੇ ਦੇ ਉਹ ਕਰਦੇ ਕਬੂਤਰ ਆਪਣਾ ਰੇਟ ਨਹੀਂ ਜਲਦੀ ਟਾਂਦਾ ਔਰ ਅੱਛਾ ਹੈ ਮਾਸ਼ਾ ਅੱਲਾ ਅਤੇ ਆਪਣਾ ਮਹਿਰ ਸਾਹਿਬ ਵਾਸਤੇ ਮਹਿਰ ਜ਼ਹੀਰ ਸਾਹਿਬ ਵਾਸਤੇ ਕੀ ਕਹੋਗੇ ਕੈਸੇ ਬੰਦੇ ਬਹੁਤ ਅੱਛੇ ਇਨਸਾਨ ਹੈ ਜੀ ਔਰ ਸ਼ਕੀਨ ਆਦਮੀ ਨੇ ਜੀ ਔਰ ਉਹਨਾਂ ਨੇ ਉਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਆਉਣ ਵਾਲੇ ਵਕਤ 'ਚ ਮੈਂ ਹਰ ਬੰਦਾ ਸ਼ੌਂਕ ਕਰਾਂ ਬੜੀ ਬੜਾ ਅੱਛਾ ਸ਼ੌਂਕ ਕਰਾਂ ਜੀ ਔਰ ਬੰਦੇ ਵੀ ਨਾਈਸ ਨੇ ਆਏ ਗਏ ਦੀ ਖਿਦਮਤ ਕਰਦੇ ਨੇ ਕੋਈ ਸ਼ਕੀਨ ਵੀ ਪੂਰੇ ਨੇ ਔਰ ਉਮੀਦ ਹੈ ਇਨਸ਼ਾਅੱਲਾ ਤਾਲਾ ਅਸੀਂ ਇੱਥੋਂ ਹੋਰ ਸ਼ੌਂਕ ਅੱਛਾ ਕਰਾਂਗੇ ਜ਼ਰੂਰ ਔਰ ਲੋਕਾਂ ਨੂੰ ਵੀ ਮਜ਼ਾ ਆਏਗਾ ਸਾਰਿਆਂ ਨੂੰ ਦੋਸਤਾਂ ਨੂੰ ਭਰਾਵਾਂ ਨੂੰ ਮਜ਼ਾ ਇਨਸ਼ਾਅੱਲਾ ਅਤੇ ਨਈਮ ਸਾਹਿਬ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਕੈਸੇ ਬਹੁਤ ਅੱਛੇ ਇਨਸਾਨ ਹੈ ਜੀ ਜੀ ਮੇਰੇ ਬੜੇ ਦੋਸਤ ਨੇ ਵੀ 25 ਸਾਲ ਹੋਏ ਮੇਰੀ ਵੀ ਦੋਸਤ ਨੇ ਮਾਸ਼ਾਅੱਲਾ ਭਰਾ ਨੇ ਆਪਣੇ ਦੋਸਤ ਨੇ ਹਸੀਨ ਸਾਹਿਬ ਨੇ ਸਾਰੇ ਭਰਾ ਅਤੇ ਕੋਈ ਇਹਦੇ ਹੋਰ ਕੋਈ ਜਿਹੜੇ ਅੱਛੇ ਸ਼ੌਕੀਨ ਨੇ ਜਾਂ ਤੁਹਾਡੇ ਮੁਖਾਲਫ ਹੀ ਨੇ ਬੇਸ਼ੱਕ ਲੇਕਿਨ ਉਹਨਾਂ ਦਾ ਨਾਮ ਲਓ ਜਿਨ੍ਹਾਂ ਨਾਲ ਬਾਜ਼ੀਆਂ ਉੱਡਦੀਆਂ ਤੁਹਾਡੀਆਂ ਅਬੂ ਮਤਾਬ ਹੈ ਜੀ ਬੜਾ ਅੱਛਾ ਇਨਸਾਨ ਹੈ ਸ਼ੌਕੀਨ ਹੈ ਨਾਸਰ ਦਵੇਲਾ ਹੈ ਜੀ ਔਰ ਹੋਰ ਵੀ ਸਾਲਮ ਕਵੇਤੀ ਹੈ ਜੀ ਇਹਨੇ ਕਾਫੀ ਇਸ ਤਰ੍ਹਾਂ ਹੈਗੇ ਨੇ ਜਿਹੜੇ ਬੰਦੇ ਮੁਹਾਲਤ ਜੀ ਨੇ ਔਰ ਦੋਸਤ ਵੀ ਨੇ ਜੀ ਔਰ ਕਵੇਤ ਦਾ ਸ਼ੌਂਕ ਬਹੁਤ ਅੱਛਾ ਹੈਗਾ ਤੇ ਅਸੀਂ ਸ਼ੌਂਕ ਕਰਨੇ ਰਾਤ ਨੂੰ ਅਸੀਂ ਬਹਿ ਇਕੱਠੇ ਰੋਟੀ ਖਾ ਲੈਂਦੇ ਵਾਹ ਜੀ ਅਤੇ ਗੱਪਸ਼ਪ ਮਾਰਨੇ ਮੇਰੇ ਹਾਲ ਇਹੋ ਜਿਹਾ ਸ਼ੌਂਕ ਘੱਟ ਲਓ ਘੱਟਦੇ ਨੇ ਔਰ ਕਰਨਾ ਵੀ ਚਾਹੀਦਾ ਜੀ ਔਰ ਬਹੁਤ ਅੱਛਾ ਸ਼ੌਂਕ ਔਰ ਆਪਣੇ ਦਾਦਾ ਦੀ ਇੱਜ਼ਤ ਕਰੋ ਅੱਲਾ ਤਾਲਾ ਤੁਹਾਨੂੰ ਵੀ ਸਾਰਿਆਂ ਨੂੰ ਇੱਜ਼ਤ ਦੇਗਾ ਬੇਸ਼ੱਕ ਅੱਛਾ ਸਰ ਨਈਮ ਸਾਹਿਬ ਦੇ ਤਾਂ ਤੁਸੀਂ ਕਬੂਤਰ ਆਪਣੇ ਹੱਥੀਂ ਉਡਾਏ ਨੇ ਨਈਮ ਸਾਹਿਬ ਦੇ ਸਭ ਤੋਂ ਹਾਈਐਸਟ ਪਰਫਾਰਮੈਂਸ ਕਰਨ ਵਾਲਾ ਕਿਹੜਾ ਬਲੱਡ ਹੈ ਇਹ ਲੰਮੀਆਂ ਲੱਤਾਂ ਵਾਲੇ ਕਬੂਤਰ ਜੀ ਅੱਛਾ ਜੀ ਅਤੇ ਮਾਮਦਿਨ ਕਬੂਤਰ ਨੇ ਇਹਨਾਂ ਦਾ ਆਪਸ ਕਰਾਸ ਬਹੁਤ ਅੱਛਾ ਰਿਹਾ ਅੱਛਾ ਯਾਨੀ ਕਿ ਇਹ ਕਬੂਤਰ ਸਾਡੇ ਬੜੇ ਅੱਛੇ ਆਏ ਨੇ ਮਾਸ਼ਾ ਅੱਲਾ ਮਾਸ਼ਾ ਅੱਲਾ ਤਿੰਨ ਚਾਰ ਨਸਲਾਂ ਸਾਡੀਆਂ ਇਹੀ ਹਰ ਵਾਰੀ ਇਹਨਾਂ 'ਚ ਕੋਈ ਨਾ ਕਬੂਤਰ ਅੱਛਾ ਜੀ ਮਾਸ਼ਾ ਅੱਲਾ ਮਹਿਰ ਸਾਹਿਬ ਕਿੱਧਰ ਗਏ ਮਹਿਰ ਸਾਹਿਬ ਜ਼ਰਾ ਕਬੂਤਰਾਂ ਦਾ ਸ਼ੌਕ ਕਰਾਈਏ ਜੀ ਦਰਿਆ ਲਾ ਲਓ ਜੀ ਇਹ ਮਹਿਰ ਸਾਹਿਬ ਦੇ ਮਾਸ਼ਾ ਅੱਲਾ ਬਰੀਡਰ ਕਬੂਤਰ ਨੇ ਸਾਰੇ ਤੁਸੀਂ ਮੈਨੂੰ ਦਰਿਆ ਲਾ ਦਿਖਾਓ ਪਹਿਲੇ ਬੈਠੇ ਹਾਂ ਅਸੀਂ ਛੱਤ 'ਤੇ ਨੌਵੀਂ ਬਾਟ ਸਾਹਿਬ ਨੰਬਰ ਸੇਵ ਕਰ ਰਿਹਾ ਮੇਰਾ ਹਾਂਜੀ ਇਹ ਲੈਣਾ ਕਿਤੇ ਕੱਢਣਾ ਸੀ ਫੇਸਬੁੱਕ ਤੇ ਜ਼ੈਨ ਜੱਟ ਲਿਖੋ ਆਏਗਾ ਕਬੂਤਰ ਇਹ ਜੀ ਜ਼ਹੀਰ ਭਾਈ ਦਾ ਦਰਿਆ ਵਾਲਾ ਕਬੂਤਰ ਜ਼ਹੀਰ ਭਾਈ ਇਹ ਕਿੰਨੇ ਸਾਲ ਉੜਿਆ ਬੈਠ ਜਾਓ ਜੀ 10 ਤੋਂ 12 ਸਾਲ ਉੜਿਆ ਭਾਈ ਜਾਨ 10 ਤੋਂ 12 ਸਾਲ ਅੱਛਾ ਤੇ ਪਰਫਾਰਮੈਂਸ ਕੀ ਆਉਂਦੀ ਰਹੀ ਹੈ ਲਾਹੌਰ ਦੇ ਵਿੱਚ ਇਹ ਉਹ ਕਬੂਤਰ ਹੈ ਜਿਹੜਾ ਅਰਸਾ 4-5 ਸਾਲ ਤੋਂ ਜਿਹੜਾ ਨਾ ਇਹ ਉੱਡਦਾ ਆ ਰਿਹਾ ਔਰ ਇਹਦਾ ਨਾਂ ਹੈ ਦਰਿਆ ਵਾਲਾ ਕਬੂਤਰ ਔਰ ਇਹਦੇ ਪੱਠੀਆਂ ਪੱਠੇ ਵੀ ਸ਼ਾਮ ਤੱਕ ਉੱਡਦੇ ਨੇ ਮਾਸ਼ਾ ਅੱਲਾ ਜੀ ਦੋਸਤੋ ਮਜ਼ਾ ਆ ਰਿਹਾ ਜੀ ਸ਼ੌਕ ਦਾ ਦੇਖੋ ਰਿਜ਼ਲਟ ਵੀ ਕਲੀਅਰ ਆ ਰਿਹਾ ਅੱਜ ਦਰਿਆ ਖਾਨ ਹੀ ਦੇਖ ਲਓ ਤੁਸੀਂ ਦਰਿਆ ਵਾਲਾ ਕਬੂਤਰ 5-7 ਸਾਲ ਉੜਿਆ ਔਰ ਅੱਗੇ ਬੱਚੇ ਵੀ ਸ਼ਾਮ ਤੱਕ ਉਡਾ ਰਿਹਾ ਇਹ ਜਾਲਦਾਰ ਜਿਹਾ ਕਬੂਤਰ ਆ ਦੇਖੋ ਅਤੇ ਤੁਹਾਨੂੰ ਮੈਂ ਇਹਦਾ ਪੂਰਾ ਪ੍ਰੋਪਰ ਸ਼ੌਕ ਕਰਾਉਣਾ ਹੈ ਦੇਖੋ ਇਹਦੀ ਇਹ ਦੁੰਮ ਹੈ ਸਾਰੀ ਕਾਲੀ ਦੁੰਮ ਹੈ ਔਰ ਇਹ ਉੱਪਰੋਂ ਛਾਪਦਾਰ ਹੈ ਇਹ ਦੇਖੋ ਔਰ ਤੁਹਾਨੂੰ ਇਹਦੇ ਪਰਾਂ ਦਾ ਵੀ ਮੈਂ ਸ਼ੌਕ ਕਰਵਾਉਣਾ
پانچ چھ سال اڑیا اور شام شام دیا پروازاں نے اس کبوتر دیا. ماشاء اللہ جی چودھری عارف صاحب وہ بھی میرے نال نے لاہور نشتر کلونی تو, اور ملک زاہد صاحب میرے نال نے, ملک قیوم صاحب میرے نال نے ماشاء اللہ. یہ دیکھو جی یہ باہر کے تین پر نے اور یہ اندروں. چودھری مصطفیٰ صاحب بھی نال نے ماشاء اللہ. دو پار باہر دے برابر نے, یہ دسواں اور نواں, جس کبوتر دے دسواں اور نواں دو پار اس طرح برابر ہون گے ایک کوئی سوتر جنا بھی فرق نہیں ہوئے گا تو وہ کنفرم پروازی کبوتر ہوئے گا. یہ اج دی ٹپ ہے سارے دوستاں نوں کہ جس کبوتر دا دسواں اور نواں برابر ہوئے گا وہ کنفرم پروازی کبوتر ہوئے گا. اندر دے بھی پار اچھے ہونے چاہیے, لیکن یہ ایک جڑی ٹپ تہانوں دتی ہے, یہ ایک مطلب وہ یہ جڑی ان شاء اللہ تعالیٰ تہاڈے کام آئے گی سب دوستاں دے. اور یہ پنجے دیکھ, خون دا بڑا اہم کردار ہے. جی تو جی یہ پہلوان ہونا دے ٹیڈی کبوتر نے جڑے ہزار والے تو مشہور نے. یہ ہزار والا ٹیڈی بلڈ ہے انہاں دا. ظہیر بھائی کی ہزار والے تو کی مراد, ہزار روپے کا لیا سی؟ ہاں جی ہزار روپے کا خریدا سی بھائی جان. یہ آپ ہی ہے یہ کوئی بڑا نہیں ہے سارے بہت اچھا ڈسٹریبیوٹ کبوتر ہے دے بچے شام تک جی زبردست سات تو اٹھ بڑی بچے تو اندر ہیں میرے کو اٹھے لو جی دیکھ لو اے ہزار روپے کا بھی کبوتر لب جاتا ہے. اور سب تو وڈی گل یہ ہے کہ پہچان دے سر تے سب کچھ ہوندا. جی سر اندر دے پراں دی شیپ دیکھو, اور اگر راؤ کاشف صاحب میرے نال نے تے میرے خیال دے مطابق کاشف بھائی دیکھو ہے انہوں کنے گڈ لگے نے, ایک دو تین چار پانچ چھ, چھ گڈ لگے نے جی اس کبوتر اے دو میں دی لو جی یہ ہزار روپے والی بریڈ ہے انہوں دی, اور بہت ہی اچھا کبوتر, بڑا خوبصورت کبوتر ہے. تن میں وہ دکھانا ذرا پڑھ کے. اے سر کیڑی بلڈ لائن دا لگدا ہے تن؟ سر اے اسی ہزار روپے دا خریدیا اے بلڈ لائن دا نہیں ہے پتہ خریدیا اسی ہزار ہے. ہوں عام اگر کوئی بندے باہر دے دیکھن گے تو کہن گے سیٹھ والا ہے, کوئی کہے گا یہ کچھ والا ہے. ہاں جی ہاں جی, لیکن یہ کہ تسی دیکھو یہ خوبصورتی اور پیورٹی کی ہے کہ مطلب بچے اڑان والی انتہا کر رہے ہیں ماشاء اللہ. لو مہر جی لو جی یہ دریا والا جڑا تسی کبوتر دیکھا ہے یہ وہ پٹھا ہے اگے, یہ میں صاحب نے جوڑیاں لئی روکیا ہے, باقی ٹوٹل دے ٹوٹل جڑے نے وہ اڑن واسطے چھت چھڈے ہوئے ہیں.
ਦੂਸਰੇ ਹੱਥ 'ਚ ਇਹਨੂੰ ਫੜ ਲਓ। ਨਹੀਂ ਠੀਕ ਹੈ, ਮੈਨੂੰ ਤੁਸੀਂ ਹੱਥ ਉੱਤੋਂ ਵੀ ਪਾ ਲੈਣਾ। ਕੋਈ ਨਹੀਂ, ਇਹ ਠੀਕ, ਹੁਣ ਠੀਕ ਹੈ। ਦੇਖੋ ਜੀ ਦੋਸਤੋ, ਕੈਸੇ ਖੂਬਸੂਰਤ ਰਿੰਗ ਨੇ ਇਹਨਾਂ ਦੀਆਂ ਅੱਖਾਂ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਜਿਹੜੀ ਜ਼ਮੀਨ ਹੈ ਅੱਖ ਦੀ, ਉਹ ਸਫੈਦ ਹੈ, ਸਫੈਦ ਜ਼ਮੀਨ ਹੈ। ਔਰ ਉੱਪਰ ਜ਼ਰੇ ਜਿਹੜੇ ਨੇ ਦੇਖੋ ਕਿੰਨੇ ਮਜ਼ਬੂਤ ਨੇ, ਅਤੇ ਔਰ ਰਿੰਗ ਅੱਖਾਂ ਦੇ ਵਿੱਚ ਨਜ਼ਰ ਆ ਰਹੇ ਤੁਹਾਨੂੰ। ਪਲਕ ਦੇਖੋ ਕਿਤਨੀ ਸ਼ਾਨਦਾਰ ਹੈ। ਪੂਰੀ ਬਾਡੀ ਦਾ ਪੱਠਾ, ਇਹ ਦੇਖੋ ਨਾ, ਇਹਨੇ ਵੀ ਆਪਣੇ ਬਾਪ ਵਾਲੀ ਜਿਹੜੀ ਹੈ ਨਾ ਸਿਲਾਈ ਹੈ ਤੋਂ ਨਹੀਂ ਛੱਡੀ। ਇਹ ਦੇਖੋ ਇਹ ਬਾਹਰ ਦੇ ਦੋ ਪਰ ਦੇਖੋ, ਕੋਈ ਹੈ ਫਰਕ ਇਹਨਾਂ ਦੋਨਾਂ 'ਚ? ਦਾ ਸਟਾਈਲ ਦੇਖੋ ਕਿੱਡਾ ਕਬੂਤਰ ਦੀ ਲੈਂਥ, ਮੈਂ ਤੁਹਾਨੂੰ ਦਿਖਾਉਣਾ ਥੋੜ੍ਹਾ ਜਿਹਾ। ਠੀਕ ਹੈ, ਇਹ ਦੇਖੋ ਮੇਰੇ ਨਾਲ ਇੱਕ ਗਿੱਠ ਚਾਰ ਅਤੇ ਚਾਰ ਅੱਠ ਸਾਈਜ਼ ਦੇਖੋ, ਇੱਕ ਗਿੱਠ ਅਤੇ 4 ਇੰਚ ਦਾ ਇਹਦਾ ਸਾਈਜ਼ ਆ ਪੂਰੇ ਵਜੂਦ ਦਾ। ਲੇਕਿਨ ਤੁਮ ਦੇਖੋ ਕਿਸ ਤਰ੍ਹਾਂ ਉਹਦੀ ਬੰਦ ਹੈ, ਔਰ ਸ਼ੇਪ ਕਟਿੰਗ ਦੇਖੋ ਇਹਦੀ। ਦੇਖੋ ਕਿਸ ਤਰ੍ਹਾਂ ਬੰਦ ਹੈ, ਪਿੱਛੋਂ ਪੂਰਾ ਘੜਿਆ ਹੋਇਆ, ਤਰਾਸ਼ਿਆ ਹੋਇਆ ਮਾਸ਼ਾਅੱਲਾ। ਹੋਰ ਮੈਚ ਜੀ ਕੋਈ? ਬਸ ਬੜੇ ਨੇ ਛੋਟੇ ਭਾਈ ਦਾ ਇੰਟਰਵਿਊ। ਅਸਲਾਮ ਵਾਲੇਕੁਮ ਜੀ ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਮਾਇਓ। ਹਮਾਇਓ, ਅਤੇ ਕਿੰਨੀ ਦੇਰ ਤੋਂ ਸ਼ੌਕ ਕਰ ਰਹੇ ਹੋ ਕਬੂਤਰਾਂ ਦਾ? 10-12 ਸਾਲ ਤੋਂ ਜਿਹੜੀ ਛੱਤ ਬਣੀ ਨਾਲ ਹੀ ਉਹ ਮਹਿਰ ਸਾਹਿਬ ਦੇ। ਹਾਂਜੀ, ਮਹਿਰ ਸਾਹਿਬ ਦੇ ਨਾਲ ਨੇ ਭਾਈ ਆਪਣੇ ਵੱਡੇ। ਮਾਸ਼ਾਅੱਲਾ ਮਾਸ਼ਾਅੱਲਾ, ਸਾਰਾ ਭਾਈ ਮਾਸ਼ਾਅੱਲਾ ਉਸਤਾਦ ਬੰਦੇ ਨੇ ਜੀ, ਅਤੇ ਬਹੁਤ ਅੱਛੇ ਦਰਬਾਰ ਦੇ ਮਾਸ਼ਾਅੱਲਾ। ਬਾਟ ਸਾਹਿਬ ਨੇ ਆਪਣੇ ਜਿਹੜੇ ਜੀ, ਇਹ ਵੀ ਮਾਸ਼ਾਅੱਲਾ ਬਹੁਤ ਅੱਛੇ ਨਾਇਕ ਬੰਦੇ ਨੇ, ਬੜਾ ਸ਼ੌਕ ਕਰਦੇ, ਬੜੀ ਮਿਹਨਤ ਕਰਦੇ ਨੇ। ਅਤੇ ਕਬੂਤਰਾਂ ਦੇ ਹਵਾਲੇ ਨਾਲ ਤਿਆਰੀ ਕੈਸੀ ਹੈ ਇਹਨਾਂ ਦੀ? ਮਾਸ਼ਾਅੱਲਾ ਬਹੁਤ ਅੱਛੀ ਤਿਆਰੀ ਹੈ ਜੀ। ਅੱਛਾ ਜੀ, ਬਹੁਤ ਵਧੀਆ। ਅਤੇ ਤੁਹਾਡੇ ਦਿਲ ਦੇ ਵਿੱਚ ਕੀ ਹੈਗਾ, ਕਿਹੜਾ ਹਰੀਫ ਤੁਹਾਡਾ ਐਸਾ ਜਿਹਨੂੰ ਤੁਸੀਂ ਜਿੱਤਣਾ ਚਾਹੁੰਦੇ ਹੋ ਇਸ ਛੱਤ? ਮਾਸ਼ਾਅੱਲਾ ਜੀ, ਇੱਜ਼ਤ ਅੱਲਾਹ ਪਾਕ ਨੇ ਦੇਣੀ ਹੈ। ਟਾਰਗੇਟ ਤੇ ਹੁੰਦਾ ਨਾ ਕੋਈ ਨਾ ਕੋਈ ਬੰਦੇ ਦਾ? ਨਹੀਂ, ਕੋਈ ਟਾਰਗੇਟ ਨਹੀਂ। ਅੱਛਾ ਜੀ, ਕੋਈ ਮੁੱਲਾ ਤਾਰਾ ਨਾ ਕੋਈ? ਹਾਂ, ਮਤਲਬ ਸ਼ੌਕ ਦੇ ਵਾਲੇ ਨਾ, ਮਤਲਬ ਸਾਰੇ ਟਾਰਗੇਟ, ਸਾਰੇ ਟਾਰਗੇਟ ਜਿਹੜਾ ਵੀ ਹੋਵੇ ਮਾਸ਼ਾਅੱਲਾ ਜਿਹੜਾ ਵੀ ਸਾਡਾ ਹੈ। ਲੋ ਜੀ ਮਾਸ਼ਾਅੱਲਾ, ਲੋ ਜੀ ਇਹ ਜੋੜਾ ਕੇ ਦੇਖੋ। ਇਹ ਕਿਹੜੇ ਨੇ ਜਨਾਬ? ਇਹ ਘੁੱਗਾ ਪੱਠਾ ਸਾਨੂੰ ਇੱਕ ਤੋਹਫਾ ਆਇਆ ਆਪਣੇ ਇੱਕ ਦੋਸਤ ਨੇ, ਹਾਜੀ ਸਾਹਿਬ ਜੀ। ਇਹ ਜੇਠ 'ਚ ਬੱਚਾ ਉਹਨਾਂ ਨੇ ਫੜਿਆ ਸੀ, ਸੋਨੇ ਦੀਆਂ ਝਾਂਜਰਾਂ ਨੇ ਪਈਆਂ, 3 ਦਿਨ ਰੋਲਦਾ ਰਿਹਾ ਸੀ, 4th ਦਿਨ ਬੱਚਿਆਂ ਨੇ ਫੜਿਆ ਸੀ, ਉਹਨਾਂ ਕੋਲ ਲਿਆਂਦਾ ਸੀ ਇਹ ਲੈਣਾ ਵਾਲਾ ਸ਼ੌਕ। ਬਹੁਤ ਲੰਬਾ ਬੱਚਾ ਉਡਾਇਆ ਗਿਆ ਕਬੂਤਰ। ਜੀ ਸਰ, ਮਾਦਾ ਹੈ ਲੱਗੀ? ਹਾਂ, ਮਾਦੀ ਲੱਗੀ ਜੀ, ਬੜਾ ਮੁਹੱਬਤ ਵਾਲਾ ਜੋੜਾ ਜੀ ਸਾਡਾ। ਮਾਦੀ ਕਮਾਲ ਦੀ ਮਾਦੀ ਹੈ, ਜਿਹਦੇ ਨਾਲ ਮਰਜ਼ੀ ਲਾ ਦੋਗੇ। ਕਬੂਤਰ ਸੀ ਮਾਦੀ ਵੀ ਤਾਂ ਉਹੋ ਜਿਹੀ ਲਾਣੀ ਸੀ। ਹਾਂ ਨਹੀਂ, ਤੁਸੀਂ ਪੂਰੀ ਵੰਡ ਕੱਢ ਕੇ ਲਾਈ ਜੀ ਤੁਸੀਂ ਮਾਦੀ। ਲਓ ਜੀ, ਇਹਨਾਂ ਨੂੰ ਕਹਿੰਦੇ ਜੇ ਕਿ ਅਕਲਾਂ ਦੇ ਬਾਦਸ਼ਾਹ ਕਬੂਤਰ। ਲਿਆਓ ਸਰ, ਦੋ ਜਾਨ ਪਈ ਆ ਉਧਾਰ ਵਾਲੇ ਦਾ ਪੱਠਾ ਜੀ, ਇਹ 7 ਭੈਣ ਭਰਾ ਉੱਡਦੇ ਪਏ ਜੇ ਸਾਡੇ। ਲਓ ਜੀ, ਇਹ ਵੀ 1000 ਵਾਲੇ ਦਾ ਹੀ ਪੱਠਾ ਹੈ।
ਲਓ ਸਰ ਮਾਸ਼ਾ ਅੱਲਾਹ ਬਹੁਤ ਆ ਬਾਕੀ ਹੈ ਦੌੜੇ ਰਹੇ ਆਪਣੇ ਲਾਈਫ ਜੋਬ ਕਰੋ ਤੁਸੀਂ ਬਸ ਠੀਕ ਹੋ ਗਿਆ ਲਓ ਜੀ ਦੋਸਤੋ ਉਮੀਦ ਹੈ ਸਭ ਦੋਸਤਾਂ ਨੂੰ ਜਿਹੜਾ ਹੈ ਉਹ ਸ਼ੌਕ ਪਸੰਦ ਆਇਆ ਹੋਏਗਾ ਔਰ ਸ਼ਖਸੀਅਤ ਵੀ ਪਸੰਦ ਆਈ ਹੋਏਗੀ ਮੈਂ ਅੱਜ ਇਨਸ਼ਾਅੱਲਾ ਤਾਲਾ ਕੋਸ਼ਿਸ਼ ਕਰਦਾ ਰਹਾਂਗਾ ਕਿ ਕੋਈ ਸ਼ੌਕ ਦੇ ਵਿੱਚ ਕੋਈ ਅਗਰ ਕੋਈ ਮਜ਼ੇਦਾਰ ਚੀਜ਼ ਕੋਈ ਮਜ਼ੇਦਾਰ ਸ਼ਖਸੀਅਤ ਮਿਲੇ ਤਾਂ ਤੁਹਾਡਾ